ਨੇ ਪੰਜਾਬ ਦੇ ਉਹਨਾਂ ਦਾ ਧਿਆਨ ਤਾਂ ਦੇ ਨਹੀਂ ਦੇ ਪਰੰਤੂ ਜਿਸ ਤਰ੍ਹਾਂ ਟਿਚਰਾਂ ਕਰ ਰਹੇ ਆ ਇੱਕ ਦੂਜੇ ਦੇ ਪਰਿਵਾਰਾਂ ਪ੍ਰਤੀ ਲੱਗਦਾ ਕਿ ਪੰਜਾਬ ਪ੍ਰਤੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਧਿਆਨ ਨਹੀਂ ਦੇਖੋ ਇੱਕ ਜਦੋਂ ਤੁਸੀਂ ਬੇਸਮਝ ਬੰਦੇ ਨੂੰ ਐਡੀ ਕੁਰਸੀ ਤੇ ਬਿਠਾ ਲਓ ਨਾ ਤੇ ਉਹਦੀ ਇੱਕ ਪ੍ਰਾਈਸ ਪੇ ਕਰਨੀ ਪੈਂਦੀ ਮੁੱਖ ਮੰਤਰੀ ਸਾਹਿਬ ਸਿਆਣੀ ਗੱਲ ਕਰਨ ਚੰਗੀ ਗੱਲ ਕਰਨ ਉਹਦੀ ਸਾਰੇ ਕਦਰ ਕਰਨਗੇ ਸ਼ਾਇਦ ਹੀ ਕਿਸੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੋਂ ਇਹ ਜੀ ਗੱਲ ਸੁਣਨ ਨੂੰ ਮਿਲ ਰਹੀ ਹੈ ਜੋ ਕੁਛ ਉਹ ਬੋਲ ਰਹੇ ਆ ਦੇਖੋ ਹਮਦਰਦ ਸਾਹਿਬ ਬਾਰੇ ਟਿੱਪਣੀ ਜਾਂ ਜਿਨ੍ਹਾਂ ਦੀ 80 ਸਾਲ ਆਪ ਦੀ ਉਮਰ ਹੈ ਔਰ ਜਿਨ੍ਹਾਂ ਬਾਰੇ ਉਹ ਟਿੱਪਣੀ ਕਰ ਰਹੇ ਆ ਉਹ ਇਸੇ ਸੰਸਾਰ 'ਚ ਨਹੀਂ ਅਤੇ ਕਿਸੇ ਮੁੱਖ ਮੰਤਰੀ ਦੀ ਜਿਹੜਾ ਇਨਸਾਨ ਇਹ ਸੰਸਾਰ 'ਚ ਨਹੀਂ ਉਹਦੇ ਬਾਰੇ ਟਿੱਪਣੀ ਕਰਨੀ ਉਹਨੂੰ ਮੈਂ ਕਿੰਨਾ ਕੁ ਚੰਗਾ ਅਤੇ ਕਿੰਨਾ ਕੁ ਜਾਇਜ਼ ਕਹੂੰਗਾ ਸਾਡੇ ਨਾਲ ਜਿਹੜੀ ਲੜਾਈ ਲੜਨੀ ਲੜ ਲੈਣ ਜਿਨ੍ਹਾਂ 'ਤੇ ਜੋ ਕਾਰਵਾਈ ਕਰਨੀ ਕਰ ਲੈਣ ਅਸੀਂ ਪਿੰਡੇ 'ਤੇ ਅੰਡਾਵਾਂਗੇ ਵੀ ਅਤੇ ਠੋਕ ਕੇ ਜਵਾਬ ਵੀ ਦੇਣਾ ਜਾਣਦੇ ਮਗਰ ਇੱਕ ਇਨਸਾਨੀਅਤ ਦਾ ਬੇਸਿਕ ਪ੍ਰਿੰਸੀਪਲ ਹੈ ਕਿ ਭਾਈ ਜਿਹੜਾ ਇੱਥੇ ਨਹੀਂ ਨਾ ਉਹਦੇ ਬਾਰੇ ਬੋਲਣ ਤੋਂ ਪਹਿਲਾਂ ਦਿਮਾਗ 'ਤੇ ਬੋਝ ਦੇ ਦਿਓ ਗਏ ਤਾਂ ਸੀ ਹਸਪਤਾਲ ਦਾ ਉਦਘਾਟਨ ਕਰਨ ਮਗਰ ਦਿਮਾਗ ਅੰਦਰੋਂ ਕਿੰਨਾ ਖੋਖਲਾ ਹੋਇਆ ਪਿਆ ਜਾਂ ਤਾਂ ਸ਼ਰਾਬ ਦਾ ਨਸ਼ਾ ਸੀ ਜਾਂ ਪਾਵਰ ਦਾ ਨਸ਼ਾ ਸੀ ਕਾਹਦਾ ਨਸ਼ਾ ਸੀ ਅਤੇ ਇਹ ਤਾਂ ਇਲਾਜ ਕੀਤਿਆਂ ਚੈੱਕ ਕੀਤਿਆਂ ਹੀ ਪਤਾ ਲੱਗਣਾ ਮਗਰ ਹਸਪਤਾਲ ਦੇ ਇੱਕ ਹਸਪਤਾਲ ਦੀ ਬਿਲਡਿੰਗ ਸੀ ਕੀ ਸੀ ਜਿਹਦੀ ਗਏ ਸੀ ਉਦਘਾਟਨ ਵਾਸਤੇ ਅਤੇ ਬਿਆਨਬਾਜ਼ੀ ਇਹ ਕਰੀ ਜਾਣ ਇਹ ਤੋਂ ਦਰਸਾਉਂਦਾ ਪੰਜਾਬ ਦਾ ਭਵਿੱਖ ਕੀ ਹੈ ਇੱਕ 22 ਇਲੈਕਸ਼ਨ ਸਰਕਾਰ ਦੀ ਜਿੱਤ ਜਾਣੀ ਔਰ ਉਸ 'ਤੇ ਇੰਨਾ ਹੰਕਾਰ ਕਰਨਾ ਇਲੈਕਸ਼ਨ ਤਾਂ ਕੈਪਟਨ ਸਾਹਿਬ ਨਹੀਂ ਕੋਈ 22 ਇਲੈਕਸ਼ਨ ਦੀ ਹਰੀ ਜਾਂ ਉਹ ਤੋਂ ਪਿਛਲੀਆਂ ਸਰਕਾਰਾਂ ਨਹੀਂ ਹਰੀਆਂ ਮਗਰ ਉਹ ਤੋਂ ਬਾਅਦ ਦੇ ਨਤੀਜੇ ਕੀ ਹੋਏ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਲਈ ਔਰ ਮੈਂ ਕੋਈ ਪਰਸਨਲ ਟਿੱਪਣੀ ਨਹੀਂ ਮਗਰ ਅੰਦਰ ਝਾਤੀ ਮਾਰ ਕੇ ਵੇਖਣਗੇ ਅਤੇ ਚੰਗੇ ਰਹਿਣਗੇ ਗੱਲਾਂ ਤਾਂ ਬਹੁਤ ਨੇ